ਹਾਂਜੀ ਦੋਸਤੋ, ਸਵਾਗਤ ਆ ਤੁਹਾਡਾ ਸਾਡੇ ਚੈਨਲ ਚਾਚਾ ਸਿਨਰੀ 'ਤੇ। ਦੋਸਤੋ, ਸਿੱਧੂ ਮੂਸੇਵਾਲਾ ਵਰਸਿਸ ਕਰਨ ਔਜਲਾ ਤਾਂ ਤੁਸੀਂ ਜਾਣਦੇ ਹੋ ਕਿ ਇਹਨਾਂ ਦੇ ਵਿੱਚ ਸ਼ਬਦਾਂ ਦੀ ਜੰਗ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ। ਲੇਕਿਨ ਦੋਸਤੋ, ਤੁਹਾਨੂੰ ਇਹ ਨਹੀਂ ਪਤਾ ਕਿ ਇਹ ਦੋਨੋਂ ਲੜ ਕਿਉਂ ਰਹੇ ਸੀ, ਕੀ ਹੈ ਇਹਨਾਂ ਦੀ ਲੜਾਈ ਦਾ ਰਾਜ। ਸੋ ਅੱਜ ਇਹ ਗੱਲ ਅਸੀਂ ਇਸ ਚੈਨਲ ਰਾਹੀਂ ਕਲੀਅਰ ਕਰਾਂਗੇ, ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਸੋ ਦੋਸਤੋ, ਸਿੱਧੂ ਮੂਸੇਵਾਲਾ ਪੰਜਾਬ ਵਿੱਚ ਲੁਧਿਆਣਾ ਵਿਖੇ ਸਟੱਡੀ ਕਰਦਾ ਸੀ ਅਤੇ ਇਸ ਦੇ ਕਾਲਜ ਦਾ ਨਾਮ GNE ਕਾਲਜ ਸੀ ਅਤੇ ਸਿੱਧੂ ਨੇ ਇਸ ਦੌਰਾਨ ਨਿੰਜੇ ਨੂੰ ਗਾਣਾ ਲਿਖ ਕੇ ਦਿੱਤਾ ਲਾਇਸੈਂਸ, ਜੋ ਕਿ ਕਾਫੀ ਸੁਪਰ ਡੁਪਰ ਹਿੱਟ ਸੀ। ਅਤੇ ਇਸ ਤੋਂ ਬਾਅਦ ਦੋਸਤੋ, ਸਿੱਧੂ ਮੂਸੇਵਾਲਾ ਕੈਨੇਡਾ ਚਲਾ ਗਿਆ ਅਤੇ ਇੱਥੇ ਸਿੱਧੂ ਦੀ ਮੁਲਾਕਾਤ ਹੋਈ ਐਲੀ ਮਾਂਗਣ ਨਾਲ। ਅਤੇ ਐਲੀ ਮਾਂਗਣ ਇਸ ਤੋਂ ਪਹਿਲਾਂ ਦੀਪ ਜੰਡੂ ਅਤੇ ਕਰਨ ਔਜਲਾ ਦਾ ਪੱਕਾ ਆੜੀ ਸੀ, ਕਿਉਂਕਿ ਐਲੀ ਦੇ ਕਈ ਗਾਣੇ ਔਜਲਾ ਲਿਖ ਕੇ ਦਿੰਦਾ ਸੀ ਅਤੇ ਮਿਊਜ਼ਿਕ ਦੀਪ ਜੰਡੂ ਦਾ ਹੁੰਦਾ ਸੀ। ਨਾਲੇ ਦੋਸਤੋ, ਤੁਹਾਨੂੰ ਦੱਸ ਦਾਂ ਕਿ ਇਸ ਤੋਂ ਪਹਿਲਾਂ ਔਜਲਾ ਅਤੇ ਦੀਪ ਜੰਡੂ ਕਾਫੀ ਗਾਣੇ ਕਰ ਚੁੱਕੇ ਸਨ। ਤਾਂ ਦੋਸਤੋ, ਐਲੀ ਨੇ ਹੁਣ ਸਿੱਧੂ ਦੀ ਮੁਲਾਕਾਤ ਦੀਪ ਜੰਡੂ ਅਤੇ ਕਰਨ ਔਜਲਾ ਨਾਲ ਕਰਵਾ ਦਿੱਤੀ ਅਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਿੱਧੂ ਦਾ ਪਹਿਲਾ ਗਾਣਾ ਰਿਲੀਜ਼ ਕਰਵਾ ਦਿੱਤਾ, ਜੀ ਵੈਗਨ, ਜੋ ਕਿ ਕਾਫੀ ਸੁਪਰ ਡੁਪਰ ਹਿੱਟ ਰਿਹਾ, ਜਿਸ ਵਿੱਚ ਦੀਪ ਜੰਡੂ ਨੇ ਮਿਊਜ਼ਿਕ ਦਿੱਤਾ। ਤੁਹਾਨੂੰ ਦੱਸਦਾ, ਇਹ ਗਾਣਾ ਸਿਰਫ ਇੰਡੀਆ ਦੇ 25,000 ਰੁਪਏ 'ਚ ਬਣਿਆ ਸੀ ਅਤੇ ਇੱਥੇ ਮਿਸਾਲ ਮਿਲਦੀ ਹੈ, ਜੇ ਬੰਦੇ 'ਚ ਟੈਲੈਂਟ ਹੈ ਤਾਂ ਬੰਦਾ ਬਿਨਾਂ ਮਹਿੰਗੀਆਂ ਘੜੀਆਂ ਦਿਖਾਏ ਵੀ ਹਿੱਟ ਹੋ ਸਕਦਾ ਹੈ। ਇਸ ਤੋਂ ਬਾਅਦ ਸਿੱਧੂ ਨੇ ਵੀ ਦੀਪ ਜੰਡੂ ਨੂੰ ਗਾਣਾ ਲਿਖ ਕੇ ਦਿੱਤਾ, ਜਿਸ ਦਾ ਨਾਮ ਸੀ ਆ ਗਿਆ ਨਹੀਂ ਉਹੀ ਬੁਲੇਟ ਟਾਈਮ, ਜੋ ਕਿ 9 ਮਈ 2017 ਨੂੰ ਰਿਲੀਜ਼ ਹੋਇਆ ਅਤੇ ਇਹ ਗਾਣਾ ਕਾਫੀ ਹਿੱਟ ਰਿਹਾ। ਜਿਹੜੇ ਬੰਦੇ ਨੇ ਆ ਗਾਣਾ ਲਿਖਿਆ ਸਿੱਧੂ ਮੂਸੇਵਾਲੇ ਲਈ, ਤਾੜੀ ਮਾਰ ਤੁਸੀਂ ਇੱਕ ਵਾਰੀ ਬਾਈ ਦਾ ਬਹੁਤ ਬਹੁਤ ਧੰਨਵਾਦ, ਬਾਈ ਨੇ ਮੈਨੂੰ ਗਾਣਾ ਦਿੱਤਾ ਹੈ। ਇੱਕ ਦਿਨ ਦੇਖੀਏ ਸਿਉਣਾ ਸੋਣੀਏ, ਇੱਕ ਦਿਨ ਦੇਖੀਏ ਸਿਉਣਾ ਸੋਣੀਏ, ਦੋਸਤੋ ਇਹਨਾਂ ਸਾਰਿਆਂ ਦਾ ਕੰਮ ਚੰਗਾ ਚੱਲ ਰਿਹਾ ਸੀ ਅਤੇ ਫਿਰ ਸਿੱਧੂ ਨੇ ਆਪਣਾ ਅਗਲਾ ਗਾਣਾ ਛੱਡਿਆ ਸੋਹਾਈ, ਜੋ ਕਿ 10 ਅਗਸਤ 2017 ਨੂੰ ਰਿਲੀਜ਼ ਹੋਇਆ ਅਤੇ ਇਸ ਦੀ ਇੱਕ ਲਾਈਨ ਸੀ, ਪਾੜ ਪਾੜ ਸੱਟਣੇ ਆ ਮੂਸੇ ਵਾਲੇ ਨੇ, ਜੋ ਕਾਪੀ ਕੈਟ ਬਣੇ ਗੀਤਕਾਰ ਸਾਲੇ ਰਹੇ ਆ, ਪਾੜ ਪਾੜ ਸੱਟਣੇ ਆ ਮੂਸੇ ਵਾਲੇ ਰਹੇ। ਅਤੇ ਇਹ ਗੱਲ ਸਿੱਧੂ ਮੂਸੇ ਵਾਲੇ ਨੇ ਆਪਣੇ 5 ਯਾਰਾਂ 'ਚ ਬੈਠ ਕੇ ਬੋਲ ਦਿੱਤੀ ਕਿ ਗੀਤਾਂ ਦੀ ਮਸ਼ੀਨ ਪਾੜ ਪਾੜ ਸੱਟਣੀ ਆ ਮੂਸੇ ਵਾਲੇ ਨੇ। ਅਤੇ ਇਹ ਗੱਲ ਸਿੱਧੂ ਨੇ ਜਸਟ ਮਜ਼ਾਕ 'ਚ ਕਹੀ ਸੀ, ਜਿਵੇਂ ਆਪਾਂ ਯਾਰਾਂ ਦੋਸਤਾਂ 'ਚ ਕਹਿ ਦਿੰਦੇ ਹਾਂ ਕਿ ਤੂੰ ਛਿੱਤਰ ਖਾਏਗਾ ਜੇ ਵੋ, ਇੱਦਾਂ ਹੀ ਮੂਸੇ ਵਾਲੇ ਨੇ ਕਹਿ ਦਿੱਤੀ ਆਪਣਾ ਸਮਝ ਕੇ। ਅਤੇ ਜਦੋਂ ਸਿੱਧੂ ਨੇ ਇਹ ਗੱਲ ਬੋਲੀ ਤਾਂ ਉਸਦੇ ਇੱਕ ਸਾਥੀ ਨੇ ਇਹ ਗੱਲ ਰਿਕਾਰਡ ਕਰ ਲਈ ਅਤੇ ਕਰਨ ਔਜਲਾ ਤੇ ਉਸਦੇ ਸਾਥੀ ਰਿਹਾਨ ਰੈਕਰਡਸ ਨੂੰ ਭੇਜ ਦਿੱਤੀ ਅਤੇ ਸ਼ਾਇਦ ਉਹਨਾਂ ਨੇ ਇਹ ਗੱਲ ਨੂੰ ਮਜ਼ਾਕ 'ਚ ਨਹੀਂ ਲਿਆ ਅਤੇ ਉਹ ਲੋਕ ਸਿੱਧੂ ਦੀ ਗੱਲ ਦਾ ਗੁੱਸਾ ਕਰ ਗਏ, ਜਿਸ ਕਾਰਨ ਉਹਨਾਂ ਨੇ ਸਿੱਧੂ ਨੂੰ ਧਮਕੀ ਦੇ ਦਿੱਤੀ ਕਿ ਤੈਨੂੰ ਅਸੀਂ ਮਾਰ ਦਾਂਗੇ, ਜੇ ਕਰ ਦਾਂਗੇ ਉਹ ਕਰ ਦਾਂਗੇ। ਅਤੇ ਫਿਰ ਸਿੱਧੂ ਵੀ ਉਵੇਂ ਹੀ ਜੱਟ ਮੱਤ 'ਚ ਸਿੱਧਾ ਹੋ ਗਿਆ। ਇਹਨਾਂ ਦੀ ਲੜਾਈ ਕਾਫੀ ਵੱਧ ਗਈ ਅਤੇ ਇਸ ਵਿਚਕਾਰ ਸਿੱਧੂ ਦੇ ਕਾਫੀ ਗਾਣੇ ਲੀਕ ਵੀ ਹੋ ਗਏ, ਜਿਸ ਦਾ ਇਲਜ਼ਾਮ ਕਰਨ ਔਜਲਾ 'ਤੇ ਲਗਾਇਆ ਗਿਆ ਕਿ ਉਸਨੇ ਖਹਿਬਾਜ਼ੀ 'ਚ ਕੀਤੇ ਹਨ। ਲੇਕਿਨ ਦੋਸਤੋ, ਇਸ ਦਾ ਸੱਚ ਹਜੇ ਤੱਕ ਨਹੀਂ ਪਤਾ ਲੱਗਾ ਹੈ ਕਿ ਇਹ ਗਾਣੇ ਕਿਸ ਨੇ ਲੀਕ ਕੀਤੇ। ਤੇ ਦੋਸਤੋ, ਇਹਨਾਂ ਦੋਨਾਂ ਦੀ ਸਨੈਪਚੈਟ 'ਤੇ ਲੜਾਈ ਹੋਣ ਲੱਗ ਗਈ, ਤੂੰ ਸਾਨੂੰ ਇੱਥੇ ਮਿਲ, ਤੈਨੂੰ ਚੱਕ ਦਾਂਗੇ, ਜੇ ਕਰ ਦਾਂਗੇ ਉਹ ਕਰ ਦਾਂਗੇ। ਪ੍ਰੈਕਟੀਕਲ ਹੋਊਗਾ ਕੰਮ, ਕਰਦਾ ਨਹੀਂ ਲਿਖ ਕੇ, ਹਿੱਕ ਤੇ ਮਾਰੂਗਾ ਮਾਰਦਾ ਨਹੀਂ ਪਿੱਠ ਤੇ। ਮੇਰ ਐਨ ਵਾਚ, ਬਾਬਾ ਮੇਰ ਕਰੇ ਸਾਰਿਆਂ ਤੇ, ਜਿਹੜੇ ਚਾਹੁੰਦੇ ਆ ਤੇ ਜਿਹੜੇ ਨਹੀਂ ਚਾਹੁੰਦੇ ਉਹਨਾਂ ਤੇ ਵੀ ਲਵ ਯੂ। ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ, ਜਦੋਂ ਆਉਂਦਾ ਏ ਪਚਾਲੇ ਇਹ ਗਿਰ ਜਾਂਦੀਆਂ। ਕਿਹਾ ਬਾਤ ਹੈ, ਮਾਨ ਸਾਹਿਬ ਨੇ ਵੀ ਐਂਟੀ ਲਿਖਿਆ। ਜੀਰਾਂ ਨੂੰ ਤੂੰ ਸੋਹਣਿਆ ਕਤੀੜ ਦੱਸਦਾ, ਸੱਚੀ ਸੱਚੀ ਦੱਸਾਂ ਸ਼ੇਰ ਖਾ ਜਾਂਦੀ ਹੈ, ਚੁੱਕ ਵਿੱਚ ਆ ਕੇ ਭੰਗਾ।
ਤਾਂ ਤੂੰ ਪਾ ਲਿਆ ਹੁਣ ਸੱਚੀ ਦੱਸੀ ਨੀਂਦ ਆ ਜਾਂਦੀ ਐ ਨੀਂਦ ਤੇ ਉੱਡੋਗੇ ਮਿਰਚ ਤਾਂ ਲੜੀ ਆ ਬਾਬੇ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਮਿਰਚ ਤਾਂ ਲੜੀ ਆ ਹੁਣ ਆ ਡਾਇਲੋਗ ਨਾ ਚੈੱਕ ਲਿਓ ਹੈ ਇਹ ਸਾਡੇ ਕਾਪੀਰਾਈਟ ਕਲੇਮਡ ਪਾਈਸੀਜ਼ ਫੱਕ ਜੀ ਯੂ ਨੋ ਦਿਸ 1 2 3 ਮਿਰਚ 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 ਤਾਂ ਤੇਰੇ ਤੇਰੇ ਲੜੀਆ ਲੜੀਆ ਮਿਰਚ ਤਾਂ ਤੇਰੇ ਲੜੀਆ ਜਿਹੜਾ ਹੱਡ ਜਸ ਨੇ ਤੋੜਤਾ ਮੁੜ ਕੇ ਫਿਰ ਜੁੜਦਾ ਨਹੀਂ ਦੱਸੇ ਆਪਣੇ ਨਾ ਸੱਭਿਆਚਾਰ ਤੇ ਇਹ ਕਹਾਵਤ ਬੜੀ ਮਸ਼ਹੂਰ ਹੈ ਜਦੋਂ ਕੋਈ ਸੌਖੀ ਰੋਟੀ ਖਾਣ ਲੱਗ ਜਾਏ ਨਾ ਹਲੇ ਨਾ ਕਰੋ ਬਾਹਲੇ ਮਾਣ ਨੀ ਕਰੀਦਾ ਹੁੰਦਾ ਕਿਉਂ ਨਾ ਕਰੀਏ ਬਾਈ ਮੈਂ ਤੁਹਾਡੇ ਕਸਾਇਆ ਮੈਂ ਬਣਿਆ ਤੇ ਮੈਂ ਮਾਣ ਨਾ ਕਰਾਂ ਕਿਉਂ ਹੁਣ ਤੁਹਾਡਾ ਠੇਕਾ ਲਿਆ ਆਹ ਕਹਾਵਤ ਬੜੀ ਮਸ਼ਹੂਰ ਆ ਤੂੰ ਡਿੱਗ ਜਾਏਗਾ ਵੀ ਜਿਹੜਾ ਚੜੂ ਉਹਦਾ ਡਿੱਗੂ ਵੀ ਸਾਡਾ ਉੱਤੇ ਥੋੜੀ ਰਹਿ ਜੂ ਸਹੀ ਗੱਲ ਹੈ ਨਾ ਜੇ ਕੋਈ ਚੀਜ਼ ਉੱਪਰ ਜਾਂਦੇ ਆ ਤਾਂ ਮਿਰਚ ਦਾ ਥੱਲੇ ਆਊਗੀ ਆਊਗੀ ਇਹ ਦਸਤੂਰ ਹੈ ਜ਼ਿੰਦਗੀ ਦਾ ਮੇਰੇ ਕਹਿੰਦੇ ਨੇ ਬੜੀ ਮੈਂ ਨਹੀਂ ਕਰੀ ਰਹੀ ਹੁੰਦੀ ਅੱਜ ਤਾਂ ਇਹੀ ਕਰਾਂਗੇ 15 ਸਾਲ ਹੋ ਗਏ ਆ ਸਟੇਜ ਦੇ ਪਿੱਛੇ ਖੜੇ ਆ ਇੱਥੇ ਆਏ ਅੱਜ ਤਾਂ ਇਹੀ ਕਰਾਂਗੇ ਪਰ ਜਿੰਨਾ ਚਿਰ ਰਹਿਣਾ ਨਾ ਐ ਸਿੱਧੂ ਨੂੰ ਧਮਕੀਆਂ ਵੀ ਮਿਲਣ ਲੱਗ ਗਿਆ ਕਿ ਤੈਨੂੰ ਸਟੇਜ ਤੋਂ ਲਾ ਕੇ ਤੇਰੇ ਥੱਪੜ ਸਿੱਟਾਂਗੇ ਸੋ ਜਦੋਂ ਇਹ ਗੱਲ ਇੰਨੀ ਵਧੀ ਤਾਂ ਇਹਨਾਂ ਦੇ ਮਿਊਚੁਅਲ ਫਰੈਂਡਸ ਨੇ ਇਹਨਾਂ ਦੀ ਸਲਾਹ ਕਰਵਾ ਦਿੱਤੀ ਅਤੇ ਸਿੱਧੂ ਨੇ ਕਹਿ ਦਿੱਤਾ ਕਿ ਮੈਂ ਤਾਂ ਉਹੀ ਬੋਲਿਆ ਸੀ ਖਾਧੀ ਪੀਤੀ 'ਚ ਮਜ਼ਾਕ 'ਚ ਕਿ ਮੈਨੂੰ ਪਤਾ ਨਹੀਂ ਲੱਗਿਆ ਤਾਂ ਦੋਸਤੋ ਸਾਰਾ ਮਾਮਲਾ ਸੈੱਟ ਹੋ ਗਿਆ ਅਤੇ ਇਹ ਦੋਨੋਂ ਜਾਣੇ ਟੈਕ ਕੇ ਬੈਠ ਗਏ ਫਿਰ ਦੋਸਤੋ 15 ਮਾਰਚ 2018 ਨੂੰ ਗਾਣਾ ਆਇਆ ਲਿਫਾਫੇ ਜੋ ਕਿ ਸਨਮ ਭੁੱਲਰ ਅਤੇ ਪਰਮ ਸੰਧੂ ਨੇ ਲਿਖਿਆ ਸੀ ਨਾ ਕਿ ਕਰਨ ਔਜਲਾ ਨੇ ਪਰ ਹਾਂ ਇਹ ਗੱਲ ਵੀ ਸੱਚੀ ਹੈ ਕਿ ਇਹ ਗਾਣੇ ਵਿੱਚ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਸੀ ਦੋਸਤੋ ਇੱਥੇ ਦੋ ਸੀਨ ਹੋ ਸਕਦੇ ਹਨ ਪਹਿਲਾ ਜਾਂ ਤਾਂ ਸਨਮ ਭੁੱਲਰ ਨੂੰ ਪਤਾ ਸੀ ਕਿ ਸਿੱਧੂ ਦੀ ਕਰਨ ਨਾਲ ਲੜਾਈ ਹੋਈ ਹੈ ਅਤੇ ਸਿੱਧੂ ਨੂੰ ਰਿਪਲਾਈ ਕੀਤਾ ਜਾਵੇ ਕਰਨ ਔਜਲਾ ਨੂੰ ਗਾਣੇ ਵਿੱਚ ਨਾਲ ਲੈ ਕੇ ਤਾਂ ਜੋ ਕਰਨ ਔਜਲਾ ਨਾਲ ਉਸਦੀ ਜਾਣ ਪਛਾਣ ਵੱਧ ਜਾਏਗੀ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਰਨ ਔਜਲਾ ਨੇ ਬੰਦਾ ਹੀ ਇੱਦਾਂ ਦਾ ਲੱਭਿਆ ਜਿਸ ਨੂੰ ਇਹ ਗਾਣਾ ਕਹਿ ਕੇ ਲਿਖਵਾਇਆ ਗਿਆ ਕਿ ਤੂੰ ਇੱਦਾਂ ਇੱਦਾਂ ਰਿਪਲਾਈ ਕਰ ਫਿਰ ਮੈਂ ਗਾਣਾ ਕਰੂੰ ਤੇਰੇ ਨਾਲ ਦੋਸਤੋ ਫੇਮ ਲੈਣ ਲਈ ਤਾਂ ਇਹ ਰਿਪਲਾਈ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਟਾਈਮ 'ਚ ਇਹ ਟ੍ਰੈਂਡ ਇੰਨਾ ਸੈੱਟ ਨਹੀਂ ਹੋਇਆ ਸੀ ਕਿ ਇੱਕ ਦੂਜੇ ਨੂੰ ਰਿਪਲਾਈ ਕਰਕੇ ਹਿੱਟ ਹੋਇਆ ਜਾਵੇ ਹੁਣ ਇਸ ਤੋਂ ਬਾਅਦ ਸਿੱਧੂ ਨੇ ਫਿਰ ਆਪਣਾ ਗਾਣਾ ਰਿਲੀਜ਼ ਕਰ ਦਿੱਤਾ ਵਾਰਨਿੰਗ ਸ਼ਾਟ ਜੋ ਕਿ ਕਰਨ ਔਜਲਾ ਨੂੰ ਰਿਪਲਾਈ ਸੀ ਸਿੱਧਾ ਅਤੇ ਇਹ ਲਿਖਿਆ ਵੀ ਸਿੱਧੂ ਨਹੀਂ ਸੀ ਉਹ ਜੋੜ ਲਾ ਕੇ ਜਿੰਨੇ ਤੁਸੀਂ ਗਾਣੇ ਕੱਢੇ ਨੇ ਉਹਨੇ ਨੱਟੀ ਉੱਤੇ ਪਿਆ ਮੇਰੇ ਗਿਣ ਲਈ ਤੇ ਤੋਂ ਵੱਧ ਹੀ ਹੋਣੇ ਆ ਉਹ ਜੁਰਤਾਨਾ ਅੰਬਰਾਂ ਦੀ ਇੱਕ ਪਾਰ ਦੇ ਛੋਟੇ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਤੇ ਦੋਸਤੋ ਇਸ ਤੋਂ ਬਾਅਦ ਕਰਨ ਔਜਲਾ ਤੇ ਸਿੱਧੂ ਦੀ ਸ਼ਬਦ ਜੰਗ ਸ਼ੁਰੂ ਹੋ ਗਈ ਅਤੇ ਇਹ ਅੱਜ ਤੱਕ ਨਹੀਂ ਮੁੱਕੀ ਹੈ ਆਓ ਸੁਣੀਏ ਇਹਨਾਂ ਦੇ ਕੁਝ ਰਿਪਲਾਈ ਜੋ ਕਿ ਇੱਕ ਦੂਜੇ ਨੂੰ ਕੀਤੇ ਗਏ ਹਨ ਕਰੇ ਲੁੱਕ ਕੇ ਜੱਟ ਕਰੇ ਬੁੱਕ ਕਹੇ ਫੇਮ ਨਾਲੇ ਨੇ ਪਿੱਛੇ ਚੱਟਿਆ ਨਹੀਂ ਥੁੱਕ ਕੇ ਕਿੰਨਾ ਚਿਰ ਲਿਖ ਲਿਖ ਆਪਣੇ ਤੇ ਗਾਉਣਾ ਏ ਕਿੰਨੇ ਆ ਕੇ ਮੁੜ ਗਏ ਤੇ ਕਿੰਨਿਆਂ ਨੇ ਆਉਣਾ ਏ ਆਖਰ ਨੂੰ ਮੈਨੂੰ ਮੇਰੀ ਮੈਂ ਨੇ ਮਰਵਾਉਣਾ ਏ ਨੀਂਬੂ ਵਾਂਗੂ ਫੜ ਕੇ ਨਿਚੋੜ ਦਿੰਦੇ ਆ ਸਿਵਿਆਂ ਨਾਲ ਨਾਤਾ ਸਿੱਧਾ ਜੋੜ ਦਿੰਦੇ ਆ ਮਾਰ ਨਹੀਂ ਕਰੀਦਾ ਕਦੇ ਪੀ ਕੇ ਉੱਤੇ ਖੜੇ ਦਾ ਬੱਲੇ ਆ ਬਗਾਨੇ ਤੇਰੇ ਉੱਤੇ ਹਾਸਾ ਉਹ ਨਹੀਂ
ਸੋ ਦੋਸਤੋ ਅੱਜ ਲਈ ਇੰਨੇ, ਤੇ ਜੇਕਰ ਤੁਹਾਨੂੰ ਵੀਡੀਓ ਵੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।